ਰੜੀ ਇੱਕ ਵਾਰ ਦੀ ਗੱਲ ਹੈ ਕਿ ਕਿਸੇ ਪਿੰਡ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਰਹਿੰਦਾ ਸੀ। ਡੰਡੀ ਉਹਨਾਂ ਕੋਲ ਜ਼ਮੀਨ ਥੋੜ੍ਹੀ ਸੀ, ਪਰ ਆਪਣੀ ਮਿਹਨਤ ਸਦਕਾ ਅਤੇ ਛੋਟਾ ਪਰਿਵਾਰ ਹੋਣ ਕਰਕੇ ਉਹ ਘਰ ਦਾ ਗੁਜ਼ਾਰਾ ਠੀਕ ਠਾਕ ਚਲਾਈ ਜਾਂਦੇ ਸਨ। ਡੰਡੀ ਉਹਨਾਂ ਨੇ ਇੱਕ ਬਲਾਇਤੀ ਗਊ ਰੱਖੀ ਹੋਈ ਸੀ ਜਿਹੜੀ ਕਾਫ਼ੀ ਜ਼ਿਆਦਾ ਦੁੱਧ ਦਿੰਦੀ ਸੀ। ਡੰਡੀ ਉਹ ਘਰ ਬਰਤਨ ਲਈ ਖੁੱਲ੍ਹਾ ਦੁੱਧ ਰੱਖ ਕੇ ਬਾਕੀ ਵੇਚ ਦਿੰਦੇ ਸਨ। ਡੰਡੀ ਉਸ ਗਊ ਦਾ ਦੁੱਧ ਇੰਨਾ ਮਿੱਠਾ ਅਤੇ ਸਵਾਦ ਸੀ ਕਿ ਜਿਹੜਾ ਇੱਕ ਵਾਰੀ ਦੁੱਧ ਪੀ ਲੈਂਦਾ ਉਸ ਦਾ ਦੁਬਾਰਾ ਦੁਬਾਰਾ ਉਹ ਦੁੱਧ ਪੀਣ ਦਾ ਜੀ ਕਰਦਾ। ਡੰਡੀ ਪਿੰਡ ਦੇ ਪੰਡਿਤ ਜੀ ਇੱਕ ਵਾਰੀ ਕਿਸੇ ਕੰਮ ਜ਼ਿਮੀਂਦਾਰ ਦੇ ਘਰ ਗਏ ਤਾਂ ਜ਼ਿਮੀਂਦਾਰ ਨੇ ਉਹਨਾਂ ਨੂੰ ਦੁੱਧ ਦਾ ਵੱਡਾ ਗਲਾਸ ਭਰ ਕੇ ਪੀਣ ਨੂੰ ਦਿੱਤਾ। ਡੰਡੀ ਦੁੱਧ ਪੀਣ ਤੋਂ ਬਾਅਦ ਉਹਨਾਂ ਦੀ ਨਜ਼ਰ ਬਲਾਇਤੀ ਗਊ ਉੱਪਰ ਟਿਕ ਗਈ। ਡੰਡੀ ਉੱਥੋਂ ਵਾਪਸ ਘਰ ਜਾਂਦਿਆਂ ਪੰਡਿਤ ਜੀ ਇਹੋ ਸੋਚਦੇ ਗਏ ਕਿ ਇਹ ਬਲਾਇਤੀ ਗਊ ਉਹਨਾਂ ਦੇ ਘਰ ਦੇ ਕਿੱਲੇ ਨਾਲ ਕਿਸ ਤਰ੍ਹਾਂ ਵੱਜ ਸਕਦੀ ਹੈ ਪ੍ਰਸ਼ਨ ਚਿੰਨ੍ਹ। ਜ਼ਿਮੀਂਦਾਰ ਦੇ ਪਿਤਾ ਜੋ ਕਾਫ਼ੀ ਬਜ਼ੁਰਗ ਸਨ ਅਚਾਨਕ ਬਿਮਾਰ ਹੋ ਗਏ। ਬੜੇ ਇਲਾਜ ਕੀਤੇ ਗਏ ਪਰ ਕੋਈ ਫਰਕ ਨਾ ਪਿਆ। ਡੰਡੀ ਇੱਕ ਦਿਨ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ, ਉਹਨਾਂ ਦਾ ਸਾਹ ਵੀ ਰੁਕਣ ਲੱਗ ਪਿਆ ਤਾਂ ਜ਼ਿਮੀਂਦਾਰ ਨੇ ਪਿੰਡ ਦੇ ਪੰਡਿਤ ਜੀ ਨੂੰ ਬੁਲਾਇਆ। ਡੰਡੀ ਪੰਡਿਤ ਜੀ ਨੇ ਆਉਂਦਿਆਂ ਹੀ ਕਿਹਾ ਇਹਨਾਂ ਦਾ ਅੰਤਿਮ ਰੈਡੀ ਸਮਾਂ ਆ ਗਿਆ ਹੈ, ਇਸ ਲਈ ਇਹਨਾਂ ਨੂੰ ਮੰਜੀ ਤੋਂ ਉਤਾਰ ਕੇ ਪੁੰਜੇ ਲਿਟਾ ਦਿਓ ਅਤੇ ਇਹਨਾਂ ਦੇ ਹੱਥੋਂ ਵੱਧ ਤੋਂ ਵੱਧ ਦਾਨ ਕਰਵਾਓ। ਡੰਡੀ ਸਾਡੇ ਕੋਲ ਸਮਾਂ ਬੜਾ ਘੱਟ ਹੈ, ਇਹ ਕਾਰਜ ਜਲਦੀ ਤੋਂ ਜਲਦੀ ਸ਼ੁਰੂ ਕਰ ਦਿਓ। ਡੰਡੀ ਜ਼ਿਮੀਂਦਾਰ ਨੇ ਆਪਣੇ ਪਿਤਾ ਦੇ ਹੱਥ ਵਿੱਚ 50 ਰੁਪਏ ਦਾ ਨੋਟ ਰੱਖ ਦਿੱਤਾ ਤਾਂ ਜੋ ਪੰਡਿਤ ਜੀ ਪਿਤਾ ਜੀ ਦੀ ਮੁਕਤੀ ਦਾ ਕੋਈ ਉਪਾਅ ਕਰ ਦੇਣ। ਡੰਡੀ ਪੰਡਿਤ ਜੀ 58 ਰੁਪਏ ਦਾ ਨੋਟ ਚੁੱਕਦੇ ਹੋਏ ਬੋਲੇ, ਜਜਮਾਨ ਇਹ ਤੂੰ ਕੀ ਕਰ ਰਿਹਾ ਹੈ ਪ੍ਰਸ਼ਨ ਚਿੰਨ੍ਹ। 50 ਰੁਪਏ ਨਾਲ ਮੁਕਤੀ ਨਹੀਂ ਹੁੰਦੀ, ਇਸ ਲਈ ਤੈਨੂੰ ਘੱਟੋ ਘੱਟ ਗਊ ਦਾਨ ਕਰਨਾ ਪਏਗਾ। ਡੰਡੀ ਜ਼ਿਮੀਂਦਾਰ ਨੇ ਜੇਬ ਵਿੱਚੋਂ 100 ਰੁਪਏ ਦਾ ਨੋਟ ਕੱਢਿਆ ਅਤੇ ਆਪਣੇ ਪਿਤਾ ਜੀ ਦੀ ਮੁੱਠੀ ਵਿੱਚ ਰੱਖਦੇ ਹੋਏ ਬੋਲਿਆ, ਪੰਡਿਤ ਜੀ ਗਊ ਤਾਂ ਸਾਡੇ ਇੱਕੋ ਹੀ ਹੈ ਡੰਡੀ, ਸੋ ਗਊ ਦਾਨ ਤਾਂ ਅਸੀਂ ਨਹੀਂ ਕਰ ਸਕਦੇ, ਤੁਸੀਂ 150 ਰੁਪਏ ਦੇ ਦਾਨ ਨਾਲ ਹੀ ਇਹਨਾਂ ਦੀ ਮੁਕਤੀ ਕਰਵਾ ਦਿਓ। ਵਾਹ ਬਈ ਵਾਹ, ਇਹੋ ਜਿਹੇ ਹੁੰਦੇ ਨੇ ਅੱਜ ਕੱਲ੍ਹ ਦੇ ਪੁੱਤਰ, ਇਸ ਨੂੰ ਆਪਣੇ ਪਿਓ ਨਾਲੋਂ ਗਊ ਪਿਆਰੀ ਹੈ। ਪੰਡਿਤ ਜੀ ਨੇ ਜ਼ਿਮੀਂਦਾਰ ਦੇ ਘਰ ਆਏ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਨੂੰ ਸੁਣਾਉਂਦਿਆਂ ਕਿਹਾ, ਮੈਂ ਕੁਝ ਹੋਰ ਪੈਸਿਆਂ ਦਾ ਪ੍ਰਬੰਧ ਕਰ ਦਿੰਦਾ ਹਾਂ, ਤੁਸੀਂ ਉਸ ਨਾਲ ਹੀ ਪਿਤਾ ਜੀ ਦੀ ਮੁਕਤੀ ਕਰਾ ਦਿਓ। ਜ਼ਿਮੀਂਦਾਰ ਨੇ
ਅੱਖਾਂ ਨੀਵੀਆਂ ਕਰਕੇ ਹੌਲੀ ਜਿਹੀ ਕਿਹਾ, ਨਾ ਨਾ ਜਜਮਾਨ ਜੀ, ਪੈਵਰਨੀ ਨਦੀ ਥੋੜ੍ਹੇ ਜਿਹੇ ਪੈਸਿਆਂ